ਬਹੁਤ ਜ਼ਬਰਦਸਤ ਆਪਾਂ ਕੋਠੀ ਲੈ ਕੇ ਪਹੁੰਚੇ ਅੱਜ। ਜਿਹੜੇ ਮਾਲਕ ਆਪ ਨੇ ਅਤੇ ਸਾਰਾ ਪਰਿਵਾਰ ਹੈ ਬਾਹਰ ਯੂਕੇ ਪੱਕੇ ਨੇ। ਯੂਕੇ ਪੱਕੇ ਹੋਣ ਕਰਕੇ ਇਹਨਾਂ ਨੇ ਆਪਦੀ ਇੱਥੋਂ ਕੋਠੀ ਹੈ ਜਿਹੜੀ ਇਹ ਵੇਚਣੀ ਹੈ। ਤੁਸੀਂ ਦੇਖੋਗੇ, ਦੇਖਦੇ ਰਹਿ ਜਾਓਗੇ, ਇੰਨੀ ਸ਼ੌਂਕ ਨਾਲ ਕੋਠੀ ਤਿਆਰ ਕਰਵਾਈ ਹੋਈ ਹੈ, ਕਿਹੜੀ ਚੀਜ਼ ਹੈ ਜਿਹੜੀ ਕੋਠੀ ਦੇ ਵਿੱਚ ਹੈ ਨਹੀਂ ਗੀ। ਬਾਕੀ ਪੂਰੀ ਆਪਾਂ ਗੱਲ ਕਰਦੇ ਹਾਂ, ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ। ਪੂਰੀ ਵੀਡੀਓ 'ਚ ਉੱਪਰ ਹਮੇਸ਼ਾ ਲਿਖਿਆ ਵੀ ਰਹਿੰਦਾ 7800 ਪੂਰਾ 2673। ਜੇ ਕਿਸੇ ਨੇ ਘਰ ਕੋਠੀ ਦੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਏ 'ਚੋਂ, ਆਪਣੇ ਕੋਲ ਭੇਜੋ ਇੱਕ ਵੀਡੀਓ, ਪੂਰੀ ਜਾਣਕਾਰੀ 10-12 ਫੋਟੋਆਂ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ। ਨਵੀਆਂ ਨਵੀਆਂ ਕੋਠੀਆਂ ਅਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਇੱਕ ਬੈੱਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਜਿੰਨਾ ਵੀ ਪਰਿਵਾਰ ਹੈ ਕੋਠੀ ਦਾ ਅਤੇ ਮਾਲਕ ਆਪ ਯੂਕੇ ਰਹਿੰਦੇ ਨੇ, ਯੂਕੇ ਪੱਕੇ ਨੇ, ਤਾਂ ਕਰਕੇ ਆਪਦੀ ਇਹਨਾਂ ਨੇ ਇਹ ਕੋਠੀ ਸੇਲ ਕਰਨੀ ਹੈ। ਮਾਲਕ ਨੇ ਦੱਸਿਆ ਵੀ ਬਹੁਤ ਰੀਝਾਂ ਲਾ ਲਾ ਕੇ ਕੋਠੀ ਅਸੀਂ ਤਿਆਰ ਕਰਵਾਈ ਸੀਗੀ, ਸਾਰੀ ਕੋਠੀ ਹੈ ਜਿਹੜੀ ਤਿਆਰ ਹੋਈ ਹੈ। ਮਾਲਕ ਨੇ ਦੱਸਿਆ ਵੀ ਕਿਹੜੀ ਇੱਕ ਚੀਜ਼ ਹੈ ਜਿਹੜੀ ਅਸੀਂ ਤਿਆਰ ਨਹੀਂ ਕਰਵਾਈ ਹੋਈ, ਬਹੁਤ ਸ਼ੌਂਕ ਨਾਲ ਸਾਰਾ ਕੰਮ ਕੰਪਲੀਟ ਕਰਵਾਇਆ ਹੋਇਆ। ਜਿੰਨਾ ਵੀ ਕੰਮ ਹੋਇਆਗਾ ਪੀਵੀਸੀ ਦਾ ਹੋਇਆ, ਜਿੰਨਾ ਵੀ ਕੰਮ, ਜਿੰਨਾ ਡਾਊਨ ਸੀਲਿੰਗ ਦਾ, ਜਿੰਨਾ ਲਾਈਟਿੰਗ ਦਾ ਕੰਮ, ਟੋਟਲ ਕੰਮ ਇਹਨਾਂ ਨੇ ਬਹੁਤ ਰੀਝਾਂ ਲਾ ਲਾ ਕੇ ਕਰਵਾਇਆ ਹੋਇਆ ਅਤੇ ਮਾਲਕ ਨੇ ਪੂਰੀ ਗੱਲ ਦੱਸੀ ਮੈਨੂੰ, ਸਾਰਾ ਕੁਛ ਦੱਸਿਆ ਅਤੇ ਜਿੰਨੀ ਵੀ ਜਾਣਕਾਰੀ ਹੈ ਕੋਠੀ ਦੀ ਸਾਰਾ ਕੁਛ ਇਹਨਾਂ ਨੇ ਕਨਫਰਮ ਕਰਵਾਇਆ। ਤੁਹਾਨੂੰ ਸਾਰਾ ਕੁਛ ਮੈਂ ਦੱਸੂੰਗਾ ਵੀਡੀਓ 'ਚ, ਬਸ ਤੁਸੀਂ ਵੀਡੀਓ ਨੂੰ ਨਾ ਛੱਡਿਓ ਜੀ। ਅਤੇ ਮਾਲਕ ਨੇ ਦੱਸਿਆ ਵੀ ਜੇ ਸਾਨੂੰ ਆਪਣੇ ਹੋਮ ਸੇਲ ਚੈਨਲ ਬਾਰੇ ਪਤਾ ਹੁੰਦਾ ਤਾਂ ਅਸੀਂ ਵੀਡੀਓ ਪੂਰੀ ਵਧੀਆ ਬਣਾਉਣੀ ਸੀ, ਮਾਲਕ ਨੇ ਦੱਸਿਆ। ਅਤੇ ਮਾਲਕ ਨੇ ਕਿਹਾ ਅਸੀਂ ਜਦੋਂ ਇੱਥੇ ਕੁਝ ਕੁ ਮਹੀਨੇ ਪਹਿਲਾਂ ਆਏ ਸੀਗੇ ਇੰਡੀਆ 'ਚ, ਉਦੋਂ ਇਹ ਵੀਡੀਓ ਬਣਾਈ ਸੀਗੀ ਅਤੇ ਹੁਣ ਕੋਠੀ ਦੇ ਵਿੱਚ ਕੋਈ ਨਹੀਂ ਰਹਿੰਦਾ, ਤਾਂ ਕਰਕੇ ਮਾਲਕ ਨੇ ਕਿਹਾ ਵੀ ਇਸੇ ਵੀਡੀਓ ਨਾਲ ਕੰਮ ਚਲਾਉਣਾ ਪਊਗਾ। ਅਤੇ ਇਹਨਾਂ ਨੇ ਵੀਡੀਓ ਇਹ ਪੂਰੀ ਵਧੀਆ ਬਣਾਈ ਹੋਈ ਹੈ, ਤੁਹਾਨੂੰ ਸਾਰਿਆਂ ਨੂੰ ਪੂਰਾ ਵਧੀਆ ਪਤਾ ਲੱਗ ਜੂਗਾ ਅਤੇ ਸਾਰਾ ਕੁਛ ਬਾਕੀ ਇਹਨਾਂ ਨੇ ਦਿਖਾਇਆ ਵੀ ਹੈ। ਬਾਕੀ ਜਿੰਨਾ ਪੀਵੀਸੀ ਦਾ, ਜੋ ਵੀ ਰੰਗ ਰੋਗਨ ਦਾ, ਜਿੰਨਾ ਗਰਿੱਲ ਵਗੈਰਾ ਦਾ, ਸਾਰਾ ਕੰਮ ਕੰਪਲੀਟਡ ਆਪਾਂ ਨੂੰ ਮਿਲ ਜੂਗਾ। ਜਿਹੜੇ ਬੈਡਰੂਮਸ ਬਣੇ ਹੋਏ ਨੇ ਬਹੁਤ ਸ਼ੌਂਕ ਨਾਲ ਬਹੁਤ ਖੁੱਲ੍ਹੇ ਡੁੱਲੇ ਆਪਾਂ ਨੂੰ ਵਧੀਆ ਮਿਲ ਜਾਣਗੇ। ਅਤੇ ਮਾਲਕ ਨੇ ਕਨਫਰਮ ਕਰਵਾਇਆ, ਜਗ੍ਹਾ ਦੱਸੀ ਆ ਮਾਲਕ ਨੇ 14 ਮਰਲੇ, 14 ਮਰਲੇ ਜਗ੍ਹਾ ਦੇ ਵਿੱਚ 3 ਮੰਜ਼ਲੀ ਇਹ ਕੋਠੀ ਬਣੀ ਹੋਈ ਹੈ। 3 ਮੰਜ਼ਲੀ ਟੋਟਲ ਆਪਾਂ ਨੂੰ ਮਿਲ ਜੂਗੀ ਇਹ ਕੋਠੀ। ਅਤੇ ਮਾਲਕ ਨੇ ਕਨਫਰਮ ਕਰਵਾਇਆ ਵੀ 6 ਤਾਂ ਬੈਡਰੂਮ ਟੋਟਲ ਆਪਾਂ ਨੂੰ ਮਿਲ ਜਾਣਗੇ ਅਤੇ 5 ਟੋਟਲ ਆਪਾਂ ਨੂੰ ਬਾਥਰੂਮ ਮਿਲ ਜਾਣਗੇ। ਅਤੇ ਮਾਲਕ ਨੇ ਦੱਸਿਆ ਵੀ ਗੱਡੀ ਖੜਾਉਣ ਵਾਸਤੇ ਗਾਰੇਜ ਬਣਿਆ ਹੋਇਆ, ਆਰਾਮ ਨਾਲ 2 ਤੋਂ 3 ਗੱਡੀਆਂ ਖੜ੍ਹ ਜਾਣਗੀਆਂ। ਅਤੇ ਇਹਨਾਂ ਨੇ ਦੱਸਿਆ ਵੀ ਘਾਹ ਘੂ ਲਾਉਣ ਵਾਸਤੇ, ਪਾਰਕ ਬਣਾਉਣ ਵਾਸਤੇ 1.5 ਮਰਲੇ ਜਗ੍ਹਾ ਵੀ ਛੱਡੀ ਹੋਈ ਹੈ। ਬਾਕੀ ਤੁਸੀਂ ਦੇਖ ਰਹੇ ਹੋ ਕੋਠੀ ਹੈ ਜਿਹੜੀ 1 ਨੰਬਰ ਹੈ ਜੀ, ਬਹੁਤ ਜ਼ਿਆਦਾ ਸਾਰਿਆਂ ਨੂੰ ਕੋਠੀ ਇਹ ਪਸੰਦ ਆ ਰਹੀ ਹੈ ਜੀ। ਤੁਹਾਨੂੰ ਵੀ ਪਸੰਦ ਆ ਗਈ ਹੋਊਗੀ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜੇ ਤੁਹਾਨੂੰ ਕੋਠੀ ਦੀ ਵੀਡੀਓ ਅਤੇ ਇਹ ਕੋਠੀ ਪਸੰਦ ਆਈ ਹੈ। ਜੇ ਤੁਹਾਨੂੰ ਵਧੀਆ ਲੱਗੀ ਹੈ ਕੋਠੀ ਤਾਂ ਅੱਗੇ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ, ਲੋਕੇਸ਼ਨ ਸਾਰਾ ਕੁਛ ਮੈਂ ਕਨਫਰਮ ਕਰਵਾ ਦੂੰਗਾ। ਅਤੇ ਕਿਸੇ ਨੇ ਵੀ ਦੇਖਣੀ ਹੋਵੇ, ਕਿਸੇ ਨੇ ਵੀ ਖਰੀਦਣੀ ਹੋਵੇ, ਤੁਸੀਂ ਜਾ ਕੇ ਦੇਖ ਲਿਓ। ਬਾਕੀ ਤੁਸੀਂ ਦੇਖੋ ਜੀ ਸਾਰਾ ਕੁਛ ਇਹਨਾਂ ਨੇ ਜਿਹੜਾ ਕਿਚਨ ਬਣਵਾਇਆ ਹੋਇਆ ਉਹ ਤੁਸੀਂ ਦੇਖੋ। ਅਤੇ ਜਿੰਨਾ ਵੀ ਕੰਮ ਹੋਇਆਗਾ, ਮਤਲਬ ਕਿ ਜਿਵੇਂ ਆਪਾਂ ਬਾਹਰ ਦੇਖਦੇ ਹੁੰਦੇ ਹਾਂ ਕੋਠੀਆਂ, ਜਿਵੇਂ ਕੈਨੇਡਾ 'ਚ, ਯੂਕੇ 'ਚ, ਉੱਦਾਂ ਦੇ ਤਰੀਕੇ ਨਾਲ ਕੋਠੀ ਹੈ ਜਿਹੜੀ ਇਹ ਤਿਆਰ ਹੋਈ ਹੈ। ਸਾਰਾ ਜਿਹੜਾ ਨਕਸ਼ਾ ਵਗੈਰਾ ਬਾਹਰਲੇ ਤਰੀਕੇ ਦਾ ਹੀ ਲੱਗਦਾ ਜੀ। ਅਤੇ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਕਮੈਂਟ ਕਰਨਾ ਨਾ ਭੁੱਲਿਓ ਜੀ, ਕਮੈਂਟ ਸਾਰੇ ਲਾਜ਼ਮੀ ਕਰ ਦਿਓ, ਠੀਕ ਹੈ ਜੀ।
ਬਾਕੀ ਜਗ੍ਹਾ ਤਾਂ ਤੁਹਾਨੂੰ ਮੈਂ ਕਨਫਰਮ ਪਹਿਲਾਂ ਕਰਵਾਈ ਦਿੱਤੀ ਸੀਗੀ, 14 ਮਰਲੀ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ। ਅਤੇ ਮਾਲਕ ਨੇ ਦੱਸਿਆ ਕੋਰਨਰ ਵਾਲੀ 60 ਫੁੱਟ ਸੜਕ ਹੈ, ਅੱਗੇ ਤੋਂ ਲੈਫਟ ਸਾਈਡ 40 ਫੁੱਟ ਹੈ। ਅਤੇ ਬੈੱਡਰੂਮਸ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੇ ਜੀ, ਅਤੇ ਸਾਰਾ ਕੁਛ ਵਧੀਆ ਗਾ, ਕਮੀ ਪੇਸ਼ੀ ਕੋਈ ਨਹੀਂ ਆਪਾਂ ਨੂੰ ਮਿਲਣੀ। ਜਾ ਕੇ ਕਿਸੇ ਨੇ ਦੇਖਣੀ ਹੋਵੇ ਕੋਠੀ ਤਾਂ ਮਾਲਕ ਨੇ ਦੱਸਿਆ ਕਾਨੋਂ ਆਣ ਰੋਡ 'ਤੇ ਬਟਾਲੇ ਸਾਈਡ ਕੋਠੀ ਆਪਾਂ ਨੂੰ ਮਿਲ ਜੂਗੀ, ਇਹ ਬਟਾਲਾ ਏਰੀਆ ਜੀ। ਅਤੇ ਇਹਨਾਂ ਨੇ ਨੀਅਰ ਦੱਸੀ ਹੈ ITI, ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ। ਮਾਲਕ ਨੇ ਕੋਠੀ ਨੰਬਰ 100 ਕਿਹਾਗਾ, ਅਤੇ ਪੂਰੀ ਟੋਪ ਦੀ ਕੋਠੀ ਹੈ ਜੀ। ਮਾਲਕ ਨੇ ਸਾਰਾ ਕੁਛ ਕਨਫਰਮ ਕਰਵਾਇਆ, ਮਾਲਕ ਨੇ ਦੱਸਿਆ ਵੀ ਕੋਠੀ ਦੀ ਡਿਮਾਂਡ ਜਿਹੜੀ ਹੈ ਉਹ ਅਸੀਂ 90 ਲੱਖ ਮੰਗਦੇ ਹਾਂ ਜੀ। 90 ਲੱਖ ਦੇ ਵਿੱਚ ਇਹਨਾਂ ਨੇ ਕੋਠੀ ਹੈ ਜਿਹੜੀ ਇਹ ਦੇਣੀ ਹੈਗੀ, ਬਹੁਤ ਸੋਹਣੀ ਅਤੇ ਬਹੁਤ ਮਤਲਬ ਕਿ ਕੋਠੀ ਦੇ ਹਿਸਾਬ ਨਾਲ ਬਹੁਤ ਵਧੀਆ ਸਸਤਾ ਰੇਟ ਹੈਗਾ। ਬਾਕੀ ਤੁਸੀਂ ਕੋਠੀ ਵੀ ਦੇਖੋ ਜੀ, ਮੂੰਹੋਂ ਬੋਲਦੀ ਹੈ, ਤੁਸੀਂ ਵੀਡੀਓ ਦੇਖੀ ਹੈ ਅਤੇ ਕਲੀਅਰ ਵੀਡੀਓ ਆਪਣੇ ਕੋਲ ਨਹੀਂ ਪਹੁੰਚੀ। ਜੇ ਤੁਸੀਂ ਕਲੀਅਰ ਵੀਡੀਓ ਦੇਖਦੇ ਤਾਂ ਤੁਹਾਨੂੰ ਰੇਟ ਜ਼ਿਆਦਾ ਨਹੀਂ ਲੱਗਣਾ ਸੀਗਾ। ਬਾਕੀ ਤੁਸੀਂ ਆਪਦੀਆਂ ਅੱਖਾਂ ਨਾਲ ਜਾ ਕੇ ਦੇਖੋਗੇ, ਸਾਰਿਆਂ ਨੂੰ ਪਸੰਦ ਆਊਗੀ। ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈਗਾ ਉਹ ਆਪਾਂ ਸਕਰੀਨ 'ਤੇ 2-3 ਵਾਰੀ ਦੇਤਾ, ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਗੱਲ ਕਰ ਲਿਓ, ਕਿਉਂਕਿ ਜਿਹੜਾ ਨੰਬਰ ਹੈ ਕਾਫੀ ਲੰਮਾ ਚੌੜਾ ਹੈਗਾ ਅਤੇ ਬੋਲਿਆ ਜਾਂਦਾ ਨਹੀਂ, ਗਲਤ ਹੋ ਜੂਗਾ। ਮੈਥੋਂ ਨੰਬਰ ਸਕਰੀਨ 'ਤੇ ਦੇਤਾ, ਵੀਡੀਓ ਰੋਕ ਕੇ ਜਦੋਂ ਨੰਬਰ ਆਊਗਾ ਵੀਡੀਓ ਰੋਕ ਲਿਓ ਅਤੇ ਨੰਬਰ ਨੂੰ ਸੇਵ ਕਰ ਲਿਓ। ਸਿੱਧਾ ਨੰਬਰ ਤਾਂ ਲੱਗਣਾ ਨਹੀਂਗਾ, ਤੁਸੀਂ ਵਟਸਐਪ 'ਤੇ ਫੋਨ ਕਰ ਲਿਓ। ਜਦੋਂ ਵਟਸਐਪ 'ਤੇ ਫੋਨ ਕਰੋਗੇ ਤੁਹਾਡੀ ਗੱਲ ਹੋ ਜੂਗੀ, ਮਾਲਕ ਨੇ ਕਿਹਾਗਾ ਅਸੀਂ ਗੱਲ ਕਰ ਲਾਂਗੇ। ਜਿਹੜੀ ਵੀ ਗੱਲ ਕਰਨੀ ਹੋਈ ਕੋਠੀ ਬਾਰੇ, ਕੁਛ ਵੀ ਪੁੱਛਣਾ ਹੋਇਆ ਤੁਸੀਂ ਪੁੱਛ ਲਿਓ। ਮਾਲਕ ਨੇ ਕਿਹਾ ਜਦੋਂ ਕੋਠੀ ਦੇਖਣ ਵਾਸਤੇ ਆਉਂਗੇ ਅਸੀਂ ਕਿਸੇ ਨੂੰ ਰਿਸ਼ਤੇਦਾਰਾਂ ਨੂੰ ਜਾਂ ਆਪਣੇ ਮਤਲਬ ਕਿ ਕਿਸੇ ਨੂੰ ਕਹਿ ਦਾਂਗੇ, ਤੁਹਾਨੂੰ ਕੋਠੀ ਦਿਖਾ ਦੇਣਗੇ। ਬਾਕੀ ਕੋਠੀ ਹੈ ਵਧੀਆ ਟੋਪ ਦੀ ਕੋਠੀ ਹੈ, ਮਾਲਕ ਬਾਹਰ ਗਏ ਹੋਏ ਨੇ, ਤੁਹਾਨੂੰ ਸਾਰਿਆਂ ਨੂੰ ਕੋਠੀ ਹੈ ਜਿਹੜੀ ਇਹ ਪਸੰਦ ਆ ਗਈ ਹੋਊਗੀ। ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ, ਵਧੀਆ ਲੱਗੀ ਹੈ, ਚੰਗੀ ਲੱਗੀ ਹੈ, ਤਾਂ ਕਮੈਂਟ ਲਾਜ਼ਮੀ ਕਰਿਓ, ਕਮੈਂਟ ਕਰਨਾ ਨਾ ਭੁੱਲਿਓ ਜੀ। ਜੇ ਕਿਸੇ ਨੇ ਐਡ ਕਰਵਾਉਣੀ ਹੈ, ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਵੀ ਕੋਠੀ ਹੈ, ਘਰ ਹੈ, ਮਕਾਨ ਹੈ, ਕਿਸੇ ਵੀ ਏਰੀਆ 'ਚ ਹੈ, ਕਿਸੇ ਪਿੰਡ 'ਚ ਹੈ, ਸ਼ਹਿਰ 'ਚ ਹੈ, ਜਿੱਥੇ ਵੀ ਹੈ, ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ 'ਚੋਂ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਗਾ, ਉੱਤੇ ਤੁਸੀਂ ਚੈੱਕ ਕਰ ਲਓ, 73-800-26-173 ਆਪਣੇ ਕੋਲ ਭੇਜ ਦਿਓ, ਇੱਕ ਪੂਰੀ ਵਧੀਆ ਵੀਡੀਓ ਬਣਾ ਕੇ, ਪੂਰੀ ਦੀ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਅਤੇ 10-12 ਫੋਟੋਆਂ ਅਤੇ ਆਪਣੇ ਕੋਲ ਭੇਜੋਗੇ, ਅਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ। ਜਦੋਂ ਭੇਜ ਦੋਗੇ ਉਹ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਤੁਹਾਡੀ ਐਡ ਲੱਗ ਜੂਗੀ ਅਤੇ ਤੁਹਾਡੇ ਘਰ ਬੈਠੇ ਬਿਠਾਈ ਤੁਹਾਡੀ ਕੋਠੀ ਹੈ ਜਿਹੜੀ ਜਾਂ ਘਰ ਹੈ, ਮਕਾਨ ਹੈ, ਕਿਸੇ ਵੀ ਏਰੀਆ 'ਚ ਹੈ, ਤੁਸੀਂ ਸੇਲ ਕਰ ਦੋਗੇ, ਘਰ ਬੈਠੇ ਬਿਠਾਈ ਸੇਲ ਹੋ ਜੂਗਾ, ਤੁਹਾਨੂੰ ਇੱਧਰ ਉੱਧਰ ਜਾਣ ਦੀ ਵੀ ਲੋੜ ਹੈ ਨਹੀਂ। ਅਤੇ ਆਪਣਾ ਜਿਹੜਾ ਕੰਮ ਹੈ ਬਿਲਕੁਲ ਫਰੀ ਦੇ ਵਿੱਚ ਹੈ, ਕੋਈ ਕਮਿਸ਼ਨ ਵਗੈਰਾ ਆਪਾਂ ਨਹੀਂ ਲੈਂਦੇ ਸੀ। ਬਾਕੀ ਤੁਸੀਂ ਮੈਨੂੰ ਕੋਠੀ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ, ਕਿਵੇਂ ਦੀ ਲੱਗੀ ਕੋਠੀ, ਵਧੀਆ ਲੱਗੀ ਹੈ ਤਾਂ ਕਮੈਂਟ ਜ਼ਰੂਰ ਕਰ ਦਿਉ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ, ਸਪੋਰਟ ਕਰਿਆ ਕਰੋ ਜੀ। ਅਤੇ ਵੀਡੀਓ ਵਧੀਆ ਲੱਗੀ ਹੈ ਤਾਂ ਥੱਲੇ ਇੱਕ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ, ਉਹਨੂੰ ਜ਼ਰੂਰ ਦੱਬ ਦਿਓ। ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੋ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਪਹੁੰਚੋ, ਇਸੇ ਤਰ੍ਹਾਂ ਦੀ ਡੇਲੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ, ਅਲੱਗ ਅਲੱਗ ਏਰੀਆ 'ਚੋਂ ਹਰ ਰੋਜ਼ ਆਪਾਂ ਕੋਠੀ ਘਰ ਮਕਾਨ ਲੈ ਕੇ ਆਉਂਦੇ ਰਹਿੰਦੇ ਹਾਂ ਜੀ। ਥੱਲੇ ਤੁਸੀਂ ਇੱਕ ਸਬਸਕ੍ਰਾਈਬ ਦਾ ਬਟਨ ਦੇਖੋਗੇ, ਉਹਨੂੰ ਜ਼ਰੂਰ ਦੱਬ ਦਿਓ, ਡੇਲੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਕਰ ਦਿਓ, ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਜੀ। ਕਿਸੇ ਨੇ ਐਡ ਕਰਵਾਉਣੀ ਹੈ, ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ, ਆਪਣੇ ਵਟਸਐਪ ਨੰਬਰ 'ਤੇ ਭੇਜ ਦਿਓ।
ਬਾਕੀ ਕਮੈਂਟ ਕਰੋ, ਤੁਹਾਡੇ ਕਮੈਂਟ ਚੈੱਕ ਕਰਦਾ ਜਿੱਥੋਂ ਵੀ ਤੁਸੀਂ ਆਖੋਗੇ ਜਿੰਨੇ ਰੇਟ 'ਚ, ਆਪਾਂ ਜਲਦੀ ਲੈ ਕੇ ਪਹੁੰਚ ਜਾਵਾਂਗੇ ਤੁਹਾਡੇ ਵਾਸਤੇ ਕੋਠੀ ਘਰ ਮਕਾਨ।